ਬਜਰੀ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ, ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇੱਕ ਬਾਈਕ ਦੇ ਉੱਤੇ ਦੋ ਵਿਅਕਤੀ ਸਵਾਰ ਹੋ ਕੇ ਗਲਤ ਸਾਈਡ ਆ ਰਹੇ ਸੀ ਤਾਂ ਅਚਾਨਕ ਹੀ ਸਾਹਮਣੇ ਤੋਂ ਆ ਰਿਹਾ ਟਰਾਲਾ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀ ਉਹ ਬੇਕਾਬੂ ਹੋ ਗਿਆ ਅਤੇ ਸੜਕ ਦੇ ਹੇਠਾਂ ਜਾ ਕੇ ਪਲਟੀ ਹੋਇਆ, ਜਿਸ ਦੇ ਕਾਰਨ ਜੋ ਟਰਾਲਾ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਬਜਰੀ ਜੋ ਹੈ ਸਾਰੀ ਹੀ ਨੀਚੇ ਗਿਰ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਕੰਡਕਟਰ ਦੀ ਮੁਸ਼ਕਲ ਦੇ ਨਾਲ ਜਾਨ ਬਚੀ ਹੈ। ਤਾਂ ਇਹ ਹਾਦਸਾ ਜੋ ਹੈ ਉਹ ਕਪੂਰਥਲਾ ਦੇ ਵਿੱਚ ਵਾਪਰਿਆ। ਪਠਾਨਕੋਟ ਤੋਂ ਪਿੰਡ ਮੂਸਾ ਦੇ ਵੱਲ ਇਹ ਟਰਾਲਾ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਅਚਾਨਕ ਹੀ ਇਹ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ 'ਤੇ ਹੀ ਪਲਟੀ ਹੋ ਗਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਟਰਾਲਾ ਉਹ ਪਲਟੀ ਹੋਇਆ ਹੋਇਆ। ਹਾਲਾਂਕਿ ਇਸ ਦੇ ਵਿੱਚ ਜੋ ਬਜਰੀ ਸੀ ਉਹ ਵੀ ਸੜਕ ਦੇ ਉੱਤੇ ਡਿੱਗ ਗਈ ਹੈ। ਦੂਜੇ ਪਾਸੇ ਹੁਣ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਰਾਤ 2:30 ਵਜੇ ਅੱਛਾ ਕਿੱਦਾਂ ਵਾਪਰਿਆ ਕੀ? ਇਹ ਮੂਲੋਂ ਇੱਕਦਮ ਮੋਟਰਸਾਈਕਲ ਵਗੈਰਾ ਆ ਗਿਆ ਜੀ। ਅੱਛਾ ਉਹਨੇ ਪਰਾਂ ਖਿੱਚਦਾ ਜੀ ਇੱਧਰ ਆਉਣ ਦੀ ਬਜਾਏ, ਧੁੰਦ ਪੈਂਦੀ ਸੀ ਤੇ ਕੀ ਖਾਧਾ ਸੀ ਜਾਂ ਕੀ ਵਜ੍ਹਾ ਸੀ ਇੱਦਾਂ। ਕਿੱਥੋਂ ਚੱਲੇ ਸੀ ਤੁਸੀਂ? ਅਸੀਂ ਪਠਾਨਕੋਟ ਤੋਂ ਆਉਂਦੇ ਜੀ। ਠੀਕ ਠੀਕ ਤੁਸੀਂ ਚਲਾ ਰਹੇ ਸੀ? ਹਾਂਜੀ ਹਾਂਜੀ। ਕੋਈ ਮਤਲਬ ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਨਹੀਂ ਨਹੀਂ ਬਸ ਆਹ ਗੱਡੀ ਦਾ ਹੀ ਆਪ ਬਚ ਗਏ ਠੀਕ ਠਾਕ। ਬਚਾ ਤਾਂ ਜਾਨੀ ਬਚਾ। ਹਾਂਜੀ ਹਾਂਜੀ। ਓਕੇ ਓਕੇ। ਕੀ ਨਾਮ ਆਪਣਾ? ਕਰਸੀ ਸਿੰਘ ਜੀ। ਇੱਕ ਹਾਦਸਾ ਵਾਪਰਿਆ ਤੁਹਾਨੂੰ ਕਿੱਦਾਂ ਪਤਾ ਲੱਗਾ? ਇਹ ਅਚਾਨਕ ਜੀ ਮੂਹਰੇ ਅੱਗੇ ਨਾ ਮੋਟਰਸਾਈਕਲ ਆ ਗਿਆ, ਦਾਰੂ ਪੀਤੀ ਵੀ ਸੀ ਉਹਨਾਂ ਦੀ, ਦੋ ਬੰਦੇ ਸੀ ਉਹਨਾਂ ਨੂੰ ਡਰਾਈਵਰ ਸਾਡਾ ਬਚਾ ਰਿਹਾ ਸੀ ਅਤੇ ਉਦੋਂ ਬਾਅਦ ਗੱਡੀ ਧੁੰਦ ਦੇ ਕਾਰਨ ਥੱਲੇ ਥਾਂ ਪੋਲਾ ਸੀ, ਥੱਲੇ ਉੱਤਰ ਗਈ ਗੱਡੀ ਪਲਟੀ। ਗੱਡੀ ਕਿੱਥੋਂ ਚੱਲੀ, ਕਿੱਥੇ ਜਾਣੀ ਸੀ? ਇਹ ਪਠਾਨਕੋਟ ਤੋਂ ਚੱਲੀ ਸੀ ਜੀ। ਅੱਛਾ ਜੀ। ਅਤੇ 7.5 ਸੈਂਕੜੇ ਮਾਲ ਆ ਜੀ ਇਹਦੇ 'ਚ, ਇਹਨੇ ਜਾਣਾ ਸੀਗਾ ਉੱਥੇ ਮਾਨਸਾ ਜਾਣਾ ਸੀਗਾ ਜੀ। ਅੱਛਾ ਤੁਹਾਡਾ ਡੇਲੀ ਅਪ ਡਾਊਨ ਹੁੰਦਾ ਇੱਥੇ? ਹਾਂਜੀ ਪੱਕਾ, ਤਾਂ ਦੂਜੇ ਦਿਨ ਅਪ ਡਾਊਨ ਆ ਜੀ। ਵਿੱਚ ਜਿਹੜੇ ਡਰਾਈਵਰ ਦਾ ਬਚਾ? ਹਾਂਜੀ ਹਾਂ ਸਾਰਾ ਕੁਛ ਸਹੀ ਹੈ, ਗੱਡੀ ਦਾ ਨੁਕਸਾਨ ਜ਼ਿਆਦਾ ਹੈ, ਡਰਾਈਵਰ ਨੂੰ ਮਹਾਰਾਜ ਨੇ ਸਹੀ ਸਲਾਮਤ, ਕੰਡਕਟਰ ਵੀ ਸਹੀ ਸਲਾਮਤ ਹੈ। ਬਜਰੀ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ, ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇੱਕ ਬਾਈਕ ਦੇ ਉੱਤੇ ਦੋ ਵਿਅਕਤੀ ਸਵਾਰ ਹੋ ਕੇ ਗਲਤ ਸਾਈਡ ਆ ਰਹੇ ਸੀ ਤਾਂ ਅਚਾਨਕ ਹੀ ਸਾਹਮਣੇ ਤੋਂ ਆ ਰਿਹਾ ਟਰਾਲਾ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀ ਉਹ ਬੇਕਾਬੂ ਹੋ ਗਿਆ ਅਤੇ ਸੜਕ ਦੇ ਹੇਠਾਂ ਜਾ ਕੇ ਪਲਟੀ ਹੋਇਆ, ਜਿਸ ਦੇ ਕਾਰਨ ਜੋ ਟਰਾਲਾ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਬਜਰੀ ਜੋ ਹੈ ਸਾਰੀ ਹੀ ਨੀਚੇ ਗਿਰ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਕੰਡਕਟਰ ਦੀ ਮੁਸ਼ਕਲ ਦੇ ਨਾਲ ਜਾਨ ਬਚੀ ਹੈ। ਤਾਂ ਇਹ ਹਾਦਸਾ ਜੋ ਹੈ ਉਹ ਕਪੂਰਥਲਾ ਦੇ ਵਿੱਚ ਵਾਪਰਿਆ। ਪਠਾਨਕੋਟ ਤੋਂ ਪਿੰਡ ਮੂਸਾ ਦੇ ਵੱਲ ਇਹ ਟਰਾਲਾ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਅਚਾਨਕ ਹੀ ਇਹ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ 'ਤੇ ਹੀ ਪਲਟੀ ਹੋ ਗਿਆ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਟਰਾਲਾ ਉਹ ਪਲਟੀ ਹੋਇਆ ਹੋਇਆ। ਹਾਲਾਂਕਿ ਇਸ ਦੇ ਵਿੱਚ ਜੋ ਬਜਰੀ ਸੀ ਉਹ ਵੀ ਸੜਕ ਦੇ ਉੱਤੇ ਡਿੱਗ ਗਈ ਹੈ। ਦੂਜੇ ਪਾਸੇ ਹੁਣ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।